ਦੇਨਸ ਸਖੀ ਗਾਂਦੀ ਅੱਜ ਮੈਂ ਤੁਹਾਨੂੰ ਮਿਰਾਉਣਾ ਦੱਸੂਗੀ ਇਹ ਵਾਲਾ ਡਿਜ਼ਾਈਨ ਇਸ ਟੈਜਨ ਬਣਾਉਣ ਦੇ ਲਈ ਸਲਾਈ ਵਿੱਚ ਚਾਰ ਚਾਰ ਕੁੰਡੀਆਂ ਦੇ ਹਿਸਾਬ ਨਾਲ ਕੁੰਡੇ ਪਾਉਣੇ ਨੇ ਚਲੋ ਜੀ ਸਟਾਰਟ ਕਰਦੇ ਆਂ ਆਪਾਂ ਇਹ ਡਿਜ਼ਾਈਨ ਬਣਾਉਣਾ ਤਿੰਨ ਕੁੰਡੇ ਉਲਟੇ 1 2 3 ਤਾਂ ਗਾ ਦੂਸਰੀ ਸਾਈਡ ਇਹ ਜਿਹੜੇ ਦੋ ਕੁੰਡੇ ਸਿੱਧੇ ਨੇ ਇਨ ਵਿੱਚ ਜਿਹੜਾ ਇਹ ਦੂਸਰਾ ਕੁੰਡਾ ਇਹਨੂੰ ਅੱਗੇ ਵਾਲੀ ਸਾਈਡ ਤੋਂ ਪਹਿਲਾਂ ਬੁਣਾਗੇ ਪਹਿਲਾ ਵਾਲੇ ਕੁੰਡੇ ਨੂੰ ਬਾਅਦ ਵਿੱਚ ਇਸ ਪਹਿਲੇ ਕੁੰਡੇ ਨੂੰ ਛੱਡ ਕੇ ਇਹ ਚਾਰ ਕੁੰਡਿਆਂ ਨੂੰ ਬਾਰ-ਬਾਰ ਰਿਪੀਟ ਕਰਦੇ ਜਾਵਾਂਗੇ ਦੋ ਕੁੰਡੇ ਉਲਟੇ ਦੋ ਕੁੰਡਿਆਂ ਨੂੰ ਆਪਸ ਵਿੱਚ ਬਦਲਾਂਗੇ ਧਾਗਾ ਆਪਣੀ ਸਾਈਡ ਦੋ ਕੁੰਡੇ ਉਲਟੇ ਧਾਗਾ ਦੂਸਰੀ ਸਾਈਡ ਇਸ ਦੂਸਰੇ ਕੁੰਡੇ ਨੂੰ ਅੱਗੇ ਵਾਲੀ ਸਾਈਡ ਤੋਂ ਪਹਿਲਾਂ ਬੁਣਾਗੇ ਪਹਿਲਾ ਗੁੰਡਾ ਬਾਅਦ ਵਿੱਚ ਦੋ ਧਾਗਾ ਆਪਣੀ ਸਾਈਡ ਦੋ ਗੁੰਡੇ ਉਲਟੇ ਧਾਗਾ ਦੂਸਰੀ ਸਾਈਡ ਦੂਸਰੇ ਗੁੰਡੇ ਨੂੰ ਪਹਿਲਾਂ ਬੁਣਾਗੇ ਪਹਿਲਾ ਵਾਲੇ ਗੁੰਡੇ ਨੂੰ ਬਾਅਦ ਚ ਧਾਗਾ ਆਪਣੀ ਸਾਈਡ ਦੋ ਗੁੰਡੇ ਉਲਟੇ ਧਾਗਾ ਦੂਸਰੀ ਸਾਈਡ ਦੂਸਰੇ ਗੁੰਡੇ ਨੂੰ ਪਹਿਲਾਂ ਬੁਣਾਗੇ ਪਹਿਲਾ ਵਾਲੇ ਗੁੰਡੇ ਨੂੰ ਬਾਅਦ ਵਿੱਚ ਧਾਗਾ ਆਪਣੀ ਸਾਈਡ ਦੋ ਗੁੰਡੇ ਉਲਟੇ ਧਾਗਾ ਦੂਸਰੀ ਸਾਈਡ ਦੂਸਰੇ ਗੁੰਡੇ ਨੂੰ ਪਹਿਲਾਂ ਬੁਣਾਗੇ ਪਹਿਲਾ ਵਾਲੇ ਕੁੰਡੇ ਨੂੰ ਬਾਅਦ ਵਿੱਚ ਧਾਗਾ ਆਪਣੀ ਸਾਈਡ ਦੋ ਕੁੰਡੇ ਉਲਟੇ ਧਾਗਾ ਦੂਸਰੀ ਸਾਈਡ ਇਸ ਦੂਸਰੇ ਕੁੰਡੇ ਨੂੰ ਪਹਿਲਾਂ ਬੁਣਾਂਗੇ ਪਹਿਲਾ ਵਾਲੇ ਕੁੰਡੇ ਨੂੰ ਬਾਅਦ ਵਿੱਚ ਧਾਗਾ ਆਪਣੀ ਸਾਈਡ ਦੋ ਕੁੰਡੇ ਉਲਟੇ ਧਾਗਾ ਦੂਸਰੀ ਸਾਈਡ ਦੂਸਰੇ ਕੁੰਡੇ ਨੂੰ ਪਹਿਲਾਂ ਬੁਣਾਂਗੇ ਪਹਿਲਾ ਵਾਲੇ ਕੁੰਡੇ ਨੂੰ ਬਾਅਦ ਵਿੱਚ ਧਾਗਾ ਆਪਣੀ ਸਾਈਡ ਦੋ ਗੁੰਡੇ ਉਲਟੇ ਧਾਗਾ ਦੂਸਰੀ ਸਾਈਡ ਇਸ ਦੂਸਰੇ ਗੁੰਡੇ ਨੂੰ ਪਹਿਲਾਂ ਬੁਣਾਂਗੇ ਪਹਿਲਾ ਵਾਲੇ ਨੂੰ ਬਾਅਦ ਵਿੱਚ ਧਾਗਾ ਆਪਣੀ ਸਾਈਡ ਲਾਸਟ ਦੇ ਤਿੰਨ ਗੁੰਡੇ ਉਲਟੇ ਦੂਸਰੀ ਸਲਾਈ ਉਲਟੀ ਸਾਈਡ ਪਹਿਲਾ ਗੁੰਡਾ ਉਲਟਾ ਧਾਗਾ ਦੂਸਰੀ ਸਾਈਡ ਦੋ ਗੁੰਡੇ ਸਿੱਧੇ ਧਾਗਾ ਆਪਣੀ ਸਾਈਡ ਦੋ ਗੁੰਡੇ ਉਲਟੇ ਇਸ ਪਹਿਲੇ ਕੁੰਡੇ ਨੂੰ ਛੱਡ ਕੇ ਇਹ ਚਾਰ ਕੁੰਡਿਆਂ ਨੂੰ ਬਾਰ-ਬਾਰ ਰਿਪੀਟ ਕਰਦੇ ਜਾਵਾਂਗੇ ਦੋ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਸਾਰੀ ਸਲਾਈ ਜੇ ਇਸ ਤਰ੍ਹਾਂ ਹੀ ਰਿਪੀਟ ਕਰਾਂਗੇ ਲਾਸਟ ਦਾ ਗੁੰਡਾ ਉਲਟਾ ਤੀਸਰੀ ਸਲਾਈ ਪਹਿਲੇ ਤਿੰਨ ਗੁੰਡੇ ਉਲਟੇ ਤੱਕ ਗੱਦੂਸ ਤੀਸਰੀ ਸਾਈਡ ਪਹਿਲੀ ਸਲਾਈ ਦੇ ਵਿੱਚ ਆਪਾਂ ਨੇ ਇਹ ਵਾਲਾ ਦੂਸਰਾ ਗੁੰਡਾ ਪਹਿਲਾ ਬੁਣਿਆ ਸੀ ਪਹਿਲਾ ਵਾਲਾ ਬਾਅਦ ਚ ਅੱਗੇ ਵਾਲੀ ਸਾਈਡ ਤੋਂ ਤੀਸਰੀ ਸਲਾਈ ਦੇ ਵਿੱਚ ਉਲਟੀ ਸਾਈਡ ਤੋਂ ਦੂਸਰਾ ਗੁੰਡਾ ਪਹਿਲਾ ਬੁਣਾਗੇ ਪਹਿਲਾ ਵਾਲਾ ਗੁੰਡਾ ਬਾਅਦ ਵਿੱਚ

ਤਾਗਾ ਦੂਸਰੀ ਸਾਈਡ ਉਲਟੀ ਸਾਈਡ ਤੋਂ ਦੂਸਰਾ ਗੁੰਡਾ ਪਹਿਲਾਂ ਬੁਣਾਗੇ ਪਹਿਲਾ ਵਾਲਾ ਗੁੰਡਾ ਬਾਅਦ ਵਿੱਚ ਤਾਗਾ ਆਪਣੀ ਸਾਈਡ ਦੋ ਗੁੰਡੇ ਉਲਟੇ ਤਾਗਾ ਦੂਸਰੀ ਸਾਈਡ ਉਲਟੀ ਸਾਈਡ ਤੋਂ ਦੂਸਰਾ ਗੁੰਡਾ ਪਹਿਲਾਂ ਬੁਣਾਗੇ ਪਹਿਲਾ ਵਾਲਾ ਗੁੰਡਾ ਬਾਅਦ ਵਿੱਚ ਤਾਗਾ ਆਪਣੀ ਸਾਈਡ ਦੋ ਗੁੰਡੇ ਉਲਟੇ ਤਾਗਾ ਦੂਸਰੀ ਸਾਈਡ ਉਲਟੀ ਸਾਈਡ ਤੋਂ ਦੂਸਰਾ ਗੁੰਡਾ ਪਹਿਲਾਂ ਬੁਣਾਗੇ ਪਹਿਲਾ ਵਾਲਾ ਗੁੰਡਾ ਬਾਦ ਵਿੱਚ ਧਾਗਾ ਆਪਣੀ ਸਾਈਡ ਦੋ ਗੁੰਡੇ ਉਲਟੇ ਧਾਗਾ ਦੂਸਰੀ ਸਾਈਡ ਉਲਟੀ ਸਾਈਡ ਤੋਂ ਦੂਸਰਾ ਗੁੰਡਾ ਪਹਿਲਾ ਬਣਾਗੇ ਪਹਿਲਾ ਵਾਲਾ ਗੁੰਡਾ ਬਾਅਦ ਵਿੱਚ ਧਾਗਾ ਆਪਣੀ ਸਾਈਡ ਦੋ ਗੁੰਡੇ ਉਲਟੇ ਧਾਗਾ ਦੂਸਰੀ ਸਾਈਡ ਉਲਟੀ ਸਾਈਡ ਤੋਂ ਦੂਸਰਾ ਗੁੰਡਾ ਪਹਿਲਾ ਬਣਾਗੇ ਪਹਿਲਾ ਵਾਲਾ ਗੁੰਡਾ ਬਾਅਦ ਵਿੱਚ ਧਾਗਾ ਆਪਣੀ ਸਾਈਡ ਤਿੰਨ ਗੁੰਡੇ ਉਲਟੇ ਚੌਥੀ ਸਲਾਈ ਪਹਿਲਾ ਗੁੰਡਾ ਉਲਟਾ ਦੋ ਗੁੰਡੇ ਸਿੱਧੇ ਦੋ ਗੁੰਡੇ ਉਲਟੇ ਸਾਰੀ ਸਲਾਈ ਇਸ ਤਰ੍ਹਾਂ ਰਿਪੀਟ ਕਰਦੇ ਜਾਵਾਂਗੇ ਦੋ ਗੁੰਡੇ ਸਿੱਧੇ ਦੋ ਗੁੰਡੇ ਉਲਟੇ ਆ ਦੇਖੋ ਇਹ ਦੋ ਗੁੰਡੇ ਸਿੱਧੇ ਦੋ ਗੁੰਡੇ ਉਲਟੇ ਦੋ ਗੁੰਡੇ ਸਿੱਧੇ

ਦੋ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਤੇ ਲਾਸਟ ਦਾ ਕੁੰਡਾ ਉਲਟਾ ਇਹਨਾਂ ਚਾਰ ਸਲਾਈਆਂ ਨੂੰ ਬਾਰ ਬਾਰ ਰਿਪੀਟ ਕਰਦੇ ਜਾਓ ਤੇ ਇੱਕ ਸਾਨ ਦਾ ਡਿਜ਼ਾਈਨ ਤਿਆਰ ਕਰਦੇ ਜਾਓ ਵੀਡੀਓ ਨੂੰ ਲਾਈਕ ਸ਼ੇਅਰ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਥੈਂਕ ਯੂ